ਕਿਸਾਨ ਲੀਡਰਾਂ ਨੇ ਸੰਘਰਸ਼ ਦੇ 5ਵੇਂ ਦਿਨ ਅੱਜ ਇੱਕ ਨਵਾਂ ਫੈਸਲਾ ਲਿਆ ਹੈ। ਲਗਭਗ 50 ਦਿਨ ਕਿਸਾਨਾਂ ਦੇ ਮੋਰਚਿਆਂ ਨੂੰ ਹੋ ਚੱਲੇ ਨੇ। ਪੰਜਾਬ ਅਤੇ ਹਰਿਆਣਾ ਤੋਂ ਹੁੰਦੇ ਹੋਏ ਸ਼ਹੀਦ ਕਿਸਾਨ ਸ਼ਿਵਕਰਨ ਸਿੰਘ ਦੀ ਸ਼ਹੀਦੀ ਕਲਸ਼ ਯਾਤਰਾ ਹੁਣ ਕੇਰਲਾ, ਤਾਮਿਲਨਾਡੂ ਸਮੇਤ ਹੋਰ ਵੱਖ ਵੱਖ ਸੂਬਿਆਂ ਨੂੰ ਰਵਾਨਾ ਹੋ ਗਈ ਹੈ। ਕਲਸ਼ ਯਾਤਰਾ ਦਾ ਇਹ ਦੂਜਾ ਪੜਾਅ ਸ਼ੁਰੂ ਹੋਇਆ। ਪਹਿਲਾ ਪੜਾਅ ਅੰਬਾਲਾ ਦੇ ਵਿੱਚ ਸਮਾਪਤ ਕਰ ਦਿੱਤਾ ਗਿਆ ਸੀ। ਇਸ ਸੰਘਰਸ਼ ਦੇ 5ਵੇਂ ਦਿਨ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਡਟੇ ਹੋਏ ਕਿਸਾਨਾਂ ਨੇ 7 ਅਪ੍ਰੈਲ ਨੂੰ ਪੂਰੇ ਦੇਸ਼ ਦੇ ਵਿੱਚ ਵੱਡੇ ਐਕਸ਼ਨ ਦਾ ਐਲਾਨ ਕਰ ਦਿੱਤਾ। ਇਸ ਤਰੀਕ ਨੂੰ ਕਿਸਾਨ ਦੇਸ਼ ਭਰ ਦੇ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਕਰਨਗੇ, ਮੋਦੀ ਸਰਕਾਰ ਦੇ ਪੁਤਲੇ ਫੂਕਣਗੇ, ਨਾਲ ਹੀ ਪੰਜਾਬ ਸਰਕਾਰ, ਮਾਨ ਸਰਕਾਰ ਖਿਲਾਫ ਵੀ ਅਰਥੀ ਫੂਕ ਮੁਜ਼ਾਹਰਾ ਪੂਰੇ ਪੰਜਾਬ 'ਚ ਕੀਤਾ ਜਾਵੇਗਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਹਮਲੇ ਕੀਤੇ ਗਏ। ਕਹਿੰਦੇ ਸਾਡੇ 5 ਕਿਸਾਨ ਰਵਿੰਦਰ ਸਿੰਘ ਰਵੀ, ਅਮਰਜੀਤ ਸਿੰਘ, ਅਨੀਸ਼ ਖਟਕੜ, ਨਵਦੀਪ ਸਿੰਘ, ਗੁਰਕੀਰਤ ਸਿੰਘ ਨੂੰ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਰੱਖਿਆ ਹੋਇਆ। ਦੇਸ਼ ਦੇ ਵੱਖ ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਸ਼ਿਵਕਰਨ ਸਿੰਘ ਦੀ ਵੱਡੀ ਤਸਵੀਰ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਕਿ ਸ਼ਿਵਕਰਨ ਨੂੰ ਕਿਵੇਂ ਖਤਮ ਕੀਤਾ ਗਿਆ। ਜਾਗ੍ਰਿਤੀ ਯਾਤਰਾਵਾਂ ਕੱਢੀਆਂ ਜਾਣਗੀਆਂ। ਬੀਜੇਪੀ ਲੀਡਰਾਂ ਤੋਂ ਸਵਾਲ ਪੁੱਛਣ ਦੇ ਲਈ ਪੋਸਟਰ ਲਾਏ ਜਾਣਗੇ। ਆਪਾਂ ਲੰਮੇ ਮਾਰਚ ਕੱਢਾਂਗੇ, ਜਾਗ੍ਰਿਤੀ ਹੋਣਗੇ ਮੁੱਦੇ ਨੂੰ ਉਭਾਰਨ ਵਾਸਤੇ ਵੀ ਆਹ ਪੂਰੇ ਦੇਸ਼ ਵਿੱਚ ਹੋ ਰਿਹਾ। ਹੁਣ ਦੇਖੋ ਪੰਜਾਬ ਹਰਿਆਣੇ 'ਚ ਮੰਡੀ ਆ, ਬਾਕੀ ਤਾਂ ਮੰਡੀ ਨਹੀਂ ਹੈਗੀ, ਉੱਥੇ ਤਾਂ ਮੰਡੀ ਨਹੀਂ ਹੈਗੀ, ਗੱਲ ਤਾਂ ਜਾਊ। ਉਦੋਂ ਗਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਵੀ ਅਰਥੀ ਸੜੂਗੀ, ਕਿਉਂਕਿ ਇੱਥੇ ਭਗਵੰਤ ਮਾਨ ਜੀ ਕਰ ਰਹੇ ਆ। ਹਰਿਆਣੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਊਗਾ, ਕਿਉਂਕਿ ਗ੍ਰਿਫਤਾਰੀਆਂ ਇਸ ਵੇਲੇ ਸੈਨੀ ਸਰਕਾਰ ਹੈ ਵਿੱਚ ਵਿਦ ਭਾਜਪਾ, ਅਤੇ ਉਹਦਾ ਵੀ ਉਹਦੇ ਵਿੱਚ ਯੋਗਦਾਨ, ਉਹ ਵੀ ਅਰਥੀਆਂ ਨਾਲ ਅਸੀਂ ਮਿਕਸ ਕਰਕੇ ਸਾੜਾਂਗੇ। ਇਹ ਦੋਵਾਂ ਸਟੇਟਾਂ ਵਿੱਚ ਅੱਡ ਹੋਊਗਾ, ਇੱਥੇ ਮੋਦੀ ਸਰਕਾਰ ਦੇ ਨਾਲ ਨਾਲ ਭਗਵੰਤ ਮਾਨ ਸਰਕਾਰ ਦੀ ਵੀ ਅਰਥੀ ਸਾੜਾਂਗੇ, ਕਿਉਂਕਿ ਫੈਸਲਾ ਇਹਨਾਂ ਦਾ ਹੈਗਾ। ਇਹ ਦੋ ਵੱਡੇ, ਜੇਕਰ ਫਿਰ ਵੀ ਠੀਕ ਆ, ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਿਲਾਂਗੇ, ਫਿਰ ਵੀ ਜੇ ਸਰਕਾਰ ਕੋਈ ਅੱਠ ਸ਼ਾਇਦ ਵੱਡਾ ਐਕਸ਼ਨ, ਤਾਂ ਰੇਲ ਰੋਕੋ ਜਿਹੜਾ ਵਾ ਸਾਡਾ, ਇਹ ਸ਼ੰਭੂ ਬਾਰਡਰ 7 ਤੋਂ ਬਾਅਦ ਸ਼ੰਭੂ ਬਾਰਡਰ 'ਤੇ ਸ਼ੁਰੂ ਕਰਾਂਗੇ ਆਪਾਂ, ਰੇਲਾਂ ਜਾਮ ਕਰਾਂਗੇ ਅਗਲੇ ਐਲਾਨ ਤੱਕ ਪੱਕੀਆਂ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਸੂਬੇ ਦੇ 9 ਨਿੱਜੀ ਸਾਇਲਸ ਨੂੰ ਕਣਕ ਭੰਡਾਰਨ ਦੀ ਖੁੱਲ੍ਹ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਦੇ ਨਾਲ ਮੰਡੀਆਂ ਖਤਮ ਹੋਣ ਦੀ ਕਗਾਰ 'ਤੇ ਆ ਗਈਆਂ ਨੇ। ਜੇ ਕਹਿੰਦੇ ਸਾਡੀਆਂ ਮੰਗਾਂ 7 ਅਪ੍ਰੈਲ ਤੋਂ ਬਾਅਦ ਵੀ ਨਹੀਂ ਮੰਨੀਆਂ ਜਾਂਦੀਆਂ, ਤਾਂ 9 ਅਪ੍ਰੈਲ ਨੂੰ ਅਸੀਂ ਸ਼ੰਭੂ ਬਾਰਡਰ 'ਤੇ ਰੇਲਵੇ ਟਰੈਕ ਜਾਮ ਕਰਾਂਗੇ। ਹੌਲੀ ਹੌਲੀ ਇਹ ਰੇਲ ਰੋਕੋ ਅੰਦੋਲਨ ਪੂਰੇ ਸੂਬੇ ਦੇ ਵਿੱਚ ਕੀਤਾ ਜਾਵੇਗਾ। ਕਿਸਾਨਾਂ ਨੂੰ ਸਾਇਲੋਸ ਦੇ ਵਿੱਚ ਫਸਲ ਨਾ ਲਿਜਾਣ ਦੇ ਲਈ ਵੀ ਜਾਗਰੂਕ ਕੀਤਾ ਜਾਵੇਗਾ। ਅਸੀਂ ਕਿਸਾਨਾਂ ਨੂੰ, ਸਾਡੀ ਕੋਸ਼ਿਸ਼ ਹੈ ਕਿ ਸਮਝਾਵਾਂਗੇ ਕਿ ਦੋਸਤੋ, ਇਹ ਉਹੀ ਕੰਮ ਹੋ ਰਿਹਾ ਜਿਹਦੀ ਖਾਤਰ ਪੂਰਾ ਦੇਸ਼ 1 ਸਾਲ 13 ਮਹੀਨੇ ਪੂਰੇ ਦਿੱਲੀ ਦੇ ਬਾਰਡਰਾਂ 'ਤੇ ਬਹਿ ਕੇ ਲੜਿਆ। ਮੰਡੀਆਂ ਖਤਮ ਕਰਨ ਵਾਸਤੇ ਉਹ ਕਾਨੂੰਨ ਆਏ ਸੀ, ਔਰ ਇਹਦੇ ਰਾਹੀਂ ਵੀ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਸੋ ਅਸੀਂ ਸਮਝਾਉਣ ਦੇ ਵਿੱਚ ਸਫਲ ਹੋਵਾਂਗੇ, ਵਾਹਿਗੁਰੂ ਕਿਰਪਾ ਕਰੇ। ਤਾਂ ਹੀ ਐਡਵਾਂਸ ਸ਼ੁਰੂ ਕੀਤਾ ਪ੍ਰੋਗਰਾਮ ਕਿ ਇਕੱਲੇ ਕਿਸਾਨ ਤੱਕ ਅਸੀਂ ਲੈ ਕੇ ਜਾਵਾਂਗੇ, ਤੁਹਾਡੇ ਚੈਨਲ ਦੇ ਚੈਨਲਾਂ ਦੇ ਮਾਧਿਅਮ ਤੋਂ ਵੀ। ਅਸੀਂ ਅਪੀਲ ਕਰਦੇ ਹਾਂ ਹਰ ਇੱਕ ਕਿਸਾਨ ਨੂੰ ਕਿ ਇਹਨੂੰ ਥੋੜ੍ਹੀ ਜਿਹੀ ਗੱਲ ਦਾ ਲਾਲਚ ਨਾ ਮੰਨ ਲਿਓ ਕਿ ਮੇਰਾ ਛੇਤੀ ਕੰਮ ਛੁੱਟ ਗਿਆ ਖੜਾ, ਮੇਰਾ ਕੰਮ ਨਿਬੜ ਗਿਆ, ਉੱਥੇ ਕੋਈ ਸ਼ਾਇਦ ਮੈਨੂੰ ਕੋਈ ਫਾਇਦਾ ਹੋ ਜੇ। ਵੱਡਾ ਨੁਕਸਾਨ ਇਹ ਹੋਣਾ ਕਿ ਆਪਣੀਆਂ ਮੰਡੀਆਂ ਖਤਮ ਹੋਣਗੀਆਂ, ਮੰਡੀਆਂ ਖਤਮ ਹੋਈਆਂ ਤਾਂ FCI ਖਤਮ ਹੋਏਗੀ, FCI ਖਤਮ ਹੋਈ ਤਾਂ ਤੁਹਾਡਾ ਹਾਲ ਵੀ ਯੂਪੀ ਦੇ ਬਿਹਾਰ ਵਾਲਾ ਹੋਣਾ ਹੈ। ਪੱਤਰਕਾਰਾਂ ਦੇ ਸਵਾਲਾਂ ਤੇ ਡੱਲੇਵਾਲ ਨੇ ਸਪਸ਼ਟ ਕੀਤਾ ਕਿ ਅਸੀਂ ਕਿਸੇ ਇੱਕ ਪਾਰਟੀ ਦਾ ਨਹੀਂ, ਬਲਕਿ ਅਸੀਂ ਹਕੂਮਤਾਂ ਦਾ ਵਿਰੋਧ ਕਰ ਰਹੇ ਹਾਂ ਜਿਨ੍ਹਾਂ ਨੇ ਅਜਿਹੇ ਨਿਯਮ ਬਣਾਏ ਨੇ ਜੋ ਸਾਡੇ ਹਿੱਤ ਵਿੱਚ ਨਹੀਂ ਹਨ। ਅਸੀਂ ਬੀਜੇਪੀ ਦਾ ਨਹੀਂ ਨਾ ਕਰ ਰਹੇ, ਅਸੀਂ ਪੰਜਾਬ ਸਰਕਾਰ ਦਾ ਵੀ ਤਾਂ ਪੁਤਲਾ ਫੂਕ ਰਹੇ ਹਾਂ ਨਾ, ਬਰਾਬਰ ਹੀ ਫੂਕ ਰਹੇ ਹਾਂ ਪੰਜਾਬ ਸਰਕਾਰ ਦਾ ਪੁਤਲਾ। ਇਹਨੂੰ ਕਿਵੇਂ ਕਹਿਣਗੇ ਕਿ ਬੀਜੇਪੀ ਦਾ ਵਿਰੋਧ? ਹਾਂ, ਇਹ ਜ਼ਰੂਰ ਹੈ ਕਿ ਸਾਡੇ ਜਿਹੜੀ ਅੰਦੋਲਨ ਦੀ ਲੜਾਈ ਹੈ, ਜਿਹੜਾ ਅਸੀਂ ਬਾਰਡਰਾਂ 'ਤੇ ਲੜ ਰਹੇ ਹਾਂ, ਇਹ ਸਾਡੀ ਪੰਜਾਬ ਸੈਂਟਰ ਗੌਰਮੈਂਟ ਨਾਲ,
ਉਹ ਬੀਜੇਪੀ ਹੈ, ਬੀਜੇਪੀ ਸੱਦਾ ਚ ਉਹਦੇ ਨਾਲ ਹੈ, ਅਤੇ ਬੀਜੇਪੀ ਸਾਡੇ ਲੋਕਾਂ ਨੂੰ ਸ਼ਹੀਦ ਕਰੇ ਗੋਲੀਆਂ ਮਾਰ ਕੇ ਸਿੱਧੀਆਂ, ਉਹ ਸਾਡੇ ਲੋਕਾਂ ਨੂੰ ਦਬਾਵੇ ਕਿ ਅੰਦੋਲਨ 'ਚ ਨਹੀਂ ਜਾਣਾ ਪਿੰਡਾਂ 'ਚ ਬੈਠਿਆਂ ਨੂੰ, ਫਿਰ ਕਿਹਦਾ ਵਿਰੋਧ ਕਰੀਏ ਜੀ? ਫਿਰ ਕਾਂਗਰਸ ਦਾ ਵਿਰੋਧ ਸ਼ੁਰੂ ਕਰ ਦਈਏ? ਤਾਂ ਮਤਲਬ ਜਿਹੜਾ ਵੀ ਸਾਡੇ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰੇਗਾ ਉਹਦਾ ਵਿਰੋਧ ਤਾਂ ਹੋਏਗਾ, ਉਹਨੂੰ ਵਿਰੋਧ ਝੱਲਣਾ ਪਏਗਾ। ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੇ ਜਾਣ ਦੀ ਦੇਰ ਸੀ, ਵੱਡਾ ਐਲਾਨ ਕੀਤੇ ਜਾਣ ਦੀ ਦੇਰ ਸੀ ਕਿ ਮਾਨ ਸਰਕਾਰ ਨੇ ਫੈਸਲਾ ਵਾਪਸ ਵੀ ਲੈ ਲਿਆ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਦਬਾਅ ਵਿੱਚ ਆ ਕੇ ਕਿਹਾ ਜਾ ਸਕਦਾ ਕਿ ਮਾਨ ਸਰਕਾਰ ਨੇ ਸਾਇਲੋਜ਼ ਗੋਦਾਮਾਂ ਦੇ ਵਿੱਚ ਕਣਕ ਭੰਡਾਰਨ ਦੀ ਖੁੱਲ੍ਹ ਦੇਣ ਦਾ ਫੈਸਲਾ ਵਾਪਸ ਲੈ ਲਿਆ। ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਖਿਲਾਫ਼ 7 ਅਪ੍ਰੈਲ ਨੂੰ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿੱਚ ਧਰਨਿਆਂ ਦਾ ਐਲਾਨ ਕੀਤਾ ਸੀ, ਪਰ ਉਹਨਾਂ ਧਰਨਿਆਂ ਤੋਂ ਪਹਿਲਾਂ ਹੀ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ। 15 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਸਰਕਾਰ ਨੇ ਖੁਦ ਹੀ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਪਰਸਨ ਹਰਚੰਦ ਸਿੰਘ ਬਾਸਠ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਅਤੇ ਦਾਅਵਾ ਕੀਤਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਕਿ ਮੰਡੀ ਬੋਰਡ ਨੇ ਕੋਈ ਸਾਇਲੋ ਨੂੰ ਅਧਿਕਾਰ ਦਿੱਤੇ ਨੇ ਖਰੀਦ ਕਰਨ ਦੇ, ਇਹ ਵੀ ਬਿਲਕੁਲ ਬੇਬੁਨਿਆਦ ਖਬਰ ਹੈ, ਬਿਲਕੁਲ ਝੂਠ ਖਬਰ ਹੈ। ਸਾਥੀਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਸ ਦਿਨ ਦੀ ਸਰਕਾਰ ਬਣੀ ਹੈ, ਮੰਡੀ ਬੋਰਡ ਦੇ ਵਿੱਚ ਅਸੀਂ ਸੁਧਾਰ ਕਰ ਰਹੇ ਹਾਂ। ਤੁਹਾਨੂੰ ਯਾਦ ਹੋਊਗਾ, ਪਿਛਲੇ ਸਮੇਂ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਕਿਸ ਤਰ੍ਹਾਂ ਕਿਸਾਨ ਭਵਨ ਦੀ ਡਿਵੈਲਪਮੈਂਟ ਕੀਤੀ ਹੈ, ਕਿਸ ਤਰ੍ਹਾਂ 11 ਫੇਸ ਵਿੱਚ ਜਿਹੜੀ ਮੰਡੀ 2014 ਤੋਂ ਚੱਲ ਰਹੀ ਬਣੀ ਹੋਈ ਸੀਗੀ, ਬੰਦ ਪਈ ਸੀ, ਉਹਨੂੰ ਅਸੀਂ ਚਾਲੂ ਕੀਤਾ, ਔਰ ਵੱਖ ਵੱਖ ਥਾਵਾਂ 'ਤੇ ਮੰਡੀ ਬੋਰਡ ਦੇ ਅਦਾਰੇ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਹਰ ਪੱਧਰ 'ਤੇ ਕਾਰਵਾਈ ਕਰ ਰਹੇ ਹਾਂ। ਔਰ ਜਿਹੜੀ ਇਹ ਖਬਰ ਚੱਲ ਰਹੀ ਹੈ, ਇਹ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਖਬਰ ਹੈ। ਬਰਸਟ ਅਤੇ ਕੰਗ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ 'ਚ ਕਦੇ ਵੀ ਮੰਡੀ ਸਿਸਟਮ ਖਤਮ ਨਹੀਂ ਹੋਵੇਗਾ। ਕਹਿੰਦੇ ਵਿਰੋਧੀ ਪਾਰਟੀਆਂ ਬੇਬੁਨਿਆਦ ਖਬਰਾਂ ਫੈਲਾ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਕਹਿੰਦੇ ਪਿਛਲੀਆਂ ਸਰਕਾਰਾਂ ਵੇਲੇ 2013 ਤੋਂ ਕੀਤੇ ਆਰਡਰ ਰੱਦ ਕੀਤੇ ਨੇ, ਯਾਨੀ ਕਿ ਉਹਨਾਂ ਨੇ ਇਹ ਜਿਹੜੀ ਗਾਜ ਹੈ ਉਹ ਪਿਛਲੀਆਂ ਸਰਕਾਰਾਂ 'ਤੇ ਸੁੱਟੀ ਹੈ। ਪਰੰਤੂ ਫਿਰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜੇ ਹੁਕਮ ਜਾਰੀ ਕਰਵਾਏ ਨੇ ਕਿ ਇਹਨਾਂ ਨੂੰ ਸਿਰਫ ਸਟੋਰ ਸੈਂਟਰ ਰਹਿਣ ਦਿਓ, ਸਬ ਆਰਡਰ ਰੱਦ ਕੀਤੇ ਗਏ ਨੇ। ਔਰ ਇਕੱਲੇ ਪਿਛਲੇ ਆਰਡਰ ਨਹੀਂ ਕੀਤੇ, 2013 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਾਇਲਾਂ ਨੂੰ ਸਬ ਆਰਡਰ ਬਣਾਇਆ ਗਿਆ ਸੀ ਉਹ ਸਾਰੇ ਆਰਡਰ ਰੱਦ ਕੀਤੇ ਗਏ ਨੇ। ਇਸ ਦਾ ਆਰਡਰ ਜਾਰੀ ਹੋ ਚੁੱਕਿਆ, ਆਰਡਰ ਨੰਬਰ ਇਹਦਾ 2024 ਹੈ, ਆਰਡਰ ਨੰਬਰ 157-166 ਹੈ। ਇਸ ਲਈ ਕਿਸੇ ਨੂੰ ਇਹ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਕਿ ਮੰਡੀ ਬੋਰਡ ਨੂੰ ਭੰਗ ਕੀਤਾ ਜਾ ਰਿਹਾ ਹੈ। ਅਸੀਂ ਕਿਸਾਨਾਂ ਦੇ, ਮਜ਼ਦੂਰਾਂ ਦੇ, ਵਪਾਰੀਆਂ ਦੇ, ਆੜ੍ਹਤੀਆਂ ਦੇ ਹਮੇਤੀ ਹਾਂ। ਤੁਸੀਂ ਦੇਖ ਰਹੇ ਹੋ, ਜਿਸ ਦਿਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ, ਹਰ ਪੱਧਰ 'ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਨੇ। ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਤੇ ਦੋਸ਼ ਲਾਉਂਦਿਆਂ ਕਿਹਾ ਕਿ 2013 ਦੇ ਵਿੱਚ ਤਾਂ ਤੁਹਾਡੀ ਸਰਕਾਰ ਸੀ, ਸੁਖਬੀਰ ਬਾਦਲ ਡਿਪਟੀ ਸੀਐਮ ਸਨ, ਉਦੋਂ ਸਾਇਲੋਜ਼ ਦਾ ਵਿਰੋਧ ਤੁਸੀਂ ਕਿਉਂ ਨਹੀਂ ਕੀਤਾ? ਕਿਉਂਕਿ ਉਹ ਸਭ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲੇ ਹੋਏ ਸਨ, ਇਸ ਕਰਕੇ ਵਿਰੋਧ ਨਹੀਂ ਸੀ ਕਰਦੇ, ਹੁਣ ਸਿਰਫ ਸਾਡੀ ਖਿਲਾਫਤ ਕਰਦੇ ਨੇ। ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਵੀ ਕੰਗ ਵਰੇ, ਕਹਿੰਦੇ ਕਾਂਗਰਸ ਸਰਕਾਰ ਵੇਲੇ 8 ਸਾਇਲੋਜ਼ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਸੀ, ਤਾਂ ਉਸ ਵਕਤ ਕਾਂਗਰਸ ਨੇ ਵੀ ਕਿਉਂ ਵਿਰੋਧ ਨਹੀਂ ਕੀਤਾ? ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ, ਮਾਨ ਸਾਹਿਬ ਨੇ ਤੇ ਅੱਜ ਠੱਲ ਪਾਤੀ ਬੰਦ ਕਰਤੀ, ਤੇ ਮੇਰਾ ਸਵਾਲ ਹਰਸਿਮਰਤ ਕੌਰ ਬਾਦਲ ਜੀ ਨੂੰ ਹੈ, ਜਿਹੜੇ ਕੱਲ ਦੇ ਸੰਘ ਪਾੜ ਰਹੇ ਆ, ਕਿ ਹਰਸਿਮਰਤ ਜੀ 2013 'ਚ ਤੁਹਾਡੀ ਸਰਕਾਰ ਸੀ, ਬਾਦਲ ਸਾਹਿਬ ਮੁੱਖ ਮੰਤਰੀ ਸੀ, ਅਕਾਲੀ ਭਾਜਪਾ ਸਰਕਾਰ ਸੀ, ਤੁਹਾਡੀ ਸਰਕਾਰ ਦੇ ਸਮੇਂ ਇਸੇ ਤਰੀਕੇ ਨਾਲ
6 ਥਾਵਾਂ ਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰਸਿਮਰਤ ਕੌਰ ਬਾਦਲ ਜੀ ਦੇ ਮੂੰਹ ਚੋਂ ਜ਼ਬਾਨ ਹੀ ਨਿਕਲੀ। ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ, ਕਿਉਂ ਨਹੀਂ ਤੁਹਾਡੇ ਕੋਲ ਇਹਦਾ ਵਿਰੋਧ ਕੀਤਾ ਗਿਆ? ਕਿਉਂ? ਕਿਉਂਕਿ ਤੁਸੀਂ ਸਭ ਮਿਲੇ ਹੋ, ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ। ਔਰ ਜਿਹੜੇ ਦੂਸਰੇ ਸਾਡੇ ਸਤਿਕਾਰਯੋਗ ਪੰਜਾਬ ਦੇ ਬਹੁਤ ਹੀ ਬਜ਼ੁਰਗ ਨੇਤਾ ਪ੍ਰਤਾਪ ਬਾਜਵਾ ਜੀ, ਮੇਰਾ ਇਹਨਾਂ ਨੂੰ ਵੀ ਸਵਾਲ ਹੈ, ਬਾਜਵਾ ਸਾਹਿਬ ਤੁਸੀਂ ਤਾਂ ਪੰਜਾਬ ਦੇ ਬਾਬਾ ਬੋਰਡ ਹੋ, ਤੁਹਾਡੀ ਸਰਕਾਰ ਦੇ ਸਮੇਂ। ਦਰਅਸਲ ਮਾਨ ਸਰਕਾਰ ਨੇ ਕੁਛ ਦਿਨ ਪਹਿਲਾਂ ਹੀ 26 ਮਾਰਕੀਟ ਕਮੇਟੀਆਂ ਨੂੰ ਬੰਦ ਕਰਕੇ ਸਾਇਲੋਸ ਨੂੰ ਅਨਾਜ ਭੰਡਾਰਨ ਦੀ ਮਨਜ਼ੂਰੀ ਦਿੱਤੀ ਸੀ, ਜਿਸ ਕਰਕੇ ਕਿਸਾਨਾਂ 'ਚ ਵੱਡਾ ਰੋਸ ਦੇਖਣ ਨੂੰ ਮਿਲ ਰਿਹਾ ਸੀ। ਵਿਰੋਧੀ ਧਿਰਾਂ ਨੇ ਵੀ ਤਿੱਖਾ ਰੋਸ ਜਤਾਇਆ ਸੀ ਤੇ ਮਾਨ ਸਰਕਾਰ ਹੁਣ ਉਸ ਹਾਲਾਤ ਵਿੱਚ ਨਹੀਂ ਹੈਗੀ ਕਿ ਹਰ ਮੁੱਦੇ ਦੇ ਉੱਤੇ ਰੋਸ ਝੱਲ ਸਕੇ। ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਪਾਰਟੀ ਦੇ ਕਿਹੋ ਜਿਹੇ ਹਾਲਾਤ ਹੋਏ ਪਏ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਜੇ ਕਿਸਾਨ ਮਾਨ ਸਰਕਾਰ ਦੇ ਰੋਹ ਦੇ ਵਿੱਚ ਖੜੇ ਹੋ ਜਾਣਗੇ, ਖਿਲਾਫ਼ ਖੜੇ ਹੋ ਜਾਣਗੇ, ਤਾਂ ਇੱਕ ਵੱਡੀ ਮੁਸ਼ਕਿਲ ਹੈ ਜਿਹੜੀ ਉਹ ਖੜੀ ਹੋ ਸਕਦੀ ਹੈ। ਤੇ ਸਰਕਾਰ ਨੇ ਇਸ ਮੁਸ਼ਕਿਲ ਨੂੰ ਖੜੀ ਹੋਣ ਤੋਂ ਪਹਿਲਾਂ ਹੀ ਸਿਆਣਪ ਵਾਲਾ ਫੈਸਲਾ ਲੈਂਦੇ ਹੋਏ ਆਪਣੇ ਫੈਸਲੇ ਤੋਂ ਪੈਰ ਪਿੱਛੇ ਖਿੱਚ ਲਏ।